Hey guys, अगर आप चाहते हैं अपने गाने का रिएक्शन कराना वो भी बजट में, तो आप मुझे इस ईमेल पे कांटेक्ट कर सकते हो या फिर मुझे आप इंस्टा पे मैसेज कर सकते हो justofficial0001। गुड बाय, वेलकम बैक टू माय न्यू रिएक्शन वीडियो। सत श्री अकाल सारे, सो अज आप रिएक्शन कर लगे खजाले भाई का नवा गाना जिसका नाम है हरिया रागले। सॉरी अगर मैं गलत नाम ले लिया, ठीक है। वन ऑफ द फाइनेस्ट लिरिसिस्ट एंड सिंगर ऑफ आई, ठीक है। मैड मिक्स द म्यूजिक है। सो आप चेक कर दे, वीडियो को लाइक करके जाना, चैनल को सब्सक्राइब करके जाना, क्योंकि बहुत कुछ सीखने को मिलता भाई के गाने तो, बहुत कुछ सच्ची कह रहा। अफगानी फौज चो चिट्ठी महासिंह लिखी किले अमरौद चो, आप जी दा दास बोलदा हां सरदार जी, ताडे वालों थापे किले दा किलेदार जी। किले विच साडी गिणती है 400-500, 12 के बैरी खड़ा 16,000 जी। ब्रो जरूरी सी बचाउणा इस गल नूं, बीबी हरशरन कौर लैके चिट्ठी तुर पई, 12 मील दूर बैठे नलू वेदे बल नूं। यार ब्रो क्या लिखत है भाई, ਇਹ ਸੱਚੀਆਂ ਗੱਲਾਂ ਨੇ, ਸੱਚੀਆਂ ਗੱਲਾਂ। ਮਲੂਆ ਬਿਮਾਰ ਸੀ ਗੱਲ ਤੇ ਆ ਪਲੰਘ ਤੇ, ਸਿੰਘ ਨੇ ਬੁਲਾਈ ਫਤਿਹ ਤੰਬੂ ਵਿੱਚ ਲੰਘ ਕੇ, ਕਹਿੰਦਾ ਸਰਦਾਰ ਜੀ ਕੋਈ ਬੀਬੀ ਬਾਹਰ ਖੜੀ ਐ, ਮਿਲਣਾ ਤੁਹਾਨੂੰ ਕਹਿੰਦੀ ਜਦ ਉਤੇੜੀ ਐ। ਨਲੂਏ ਨੇ ਕਿਹਾ ਉਹਨੂੰ ਛੇਤੀ ਲੈ ਕੇ ਆਓ, ਫਿਰ ਸਾਰਿਆਂ ਦੇ ਸਾਹਮਣੇ ਬੀਬੀ ਨੇ ਚਿੱਠੀ ਪੜੀ ਐ। ਚਿੱਠੀ ਸੁਣਦੇ ਆ ਸੋਮੇ ਖੂਨ ਵਾਲੇ ਅੱਖੋਂ ਫੁੱਟ ਗਏ, ਬਿਮਾਰੀ ਦੇ ਖਿਆਲ ਵੀ ਪਤਾ ਨੀ ਕਿੱਥੇ ਛੁੱਟ ਗਏ। ਉੱਠਿਆ ਪਲੰਘ ਉੱਤੋਂ ਜੋਸ਼ ਇੰਨਾ ਜ਼ਿਆਦਾ ਸੀ, ਕਹਿੰਦੇ ਨੇ ਪਲੰਘ ਦੇ ਚਾਰੇ ਹੀ ਪਾਵੇ ਟੁੱਟ ਗਏ। ਕਾਲ ਦੀ ਬੁੱਕ ਕਹਿੰਦੇ ਚਾਰੇ ਜਿਹੜੇ ਪਾਵੇ ਸੀ ਸਾਰੇ ਟੁੱਟ ਗਏ ਦਾ ਸੀ, ਕਹਿੰਦੇ ਨੇ ਪਲੰਘ ਦੇ ਚਾਰੇ ਹੀ ਪਾਵੇ ਟੁੱਟ ਗਏ। ਕਾਲ ਦੀ ਬੁੱਕਲ ਵਿੱਚੋਂ ਖੰਡਾ ਉਹਨੇ ਕੱਢਿਆ, ਘੋੜੇ ਉੱਤੇ ਚੜ ਕੇ ਜਕਾਰਾ ਉਹਨੇ ਛੱਡਿਆ। ਆਉਣ ਬਾਰੇ ਪਤਾ ਜਦੋਂ ਵੈਰੀਆਂ ਨੂੰ ਲੱਗਿਆ, ਕਹਿੰਦੇ ਇੱਕ ਦੂਸਰੇ ਨੂੰ ਮੌਤ ਆ ਗਈ ਭਾਗ ਲੈ। ਜਦੋਂ ਪਤਾ ਲੱਗਾ ਨਾ ਉਹਨਾਂ ਨੂੰ ਸਾਹਮਣੇ ਕੌਣ ਹੈ ਬਾਈ, ਵੈਰੀਆਂ ਨੂੰ ਲੱਗਿਆ, ਕਹਿੰਦੇ ਇੱਕ ਦੂਸਰੇ ਨੂੰ ਮੌਤ ਆ ਗਈ ਭਾਗ ਲੈ। ਸੌਂਜਾ ਪੁੱਤ ਸੌਂਜਾ ਨਹੀਂ ਤੇ ਹਰੀਆ ਰਾਗ ਲੈ, ਸੌਂਜਾ ਪੁੱਤ ਸੌਂਜਾ ਨਹੀਂ ਤੇ ਹਰੀਆ ਰਾਗ ਲੈ, ਸੌਂਜਾ ਪੁੱਤ ਸੌਂਜਾ ਨਹੀਂ ਤੇ ਹਰੀਆ ਰਾਗ ਲੈ। ਯਾਰ ਖਜਾਲੇ ਬਾਈ ਤੇਰੀ ਕੀ ਤਾਰੀਫ ਕਰਾਂ ਬਰੋ, ਯਾਰ ਕੀ ਤਾਰੀਫ ਕਰਾਂ ਮੈਂ, ਸੱਚੀ ਦੱਸ ਰਿਹਾ ਬਰੋ। ਇੱਦਾਂ ਦੇ ਗੀਤ ਬਹੁਤ ਜ਼ਰੂਰੀ ਹੈ, ਇੱਦਾਂ ਦੀ ਚੀਜ਼ਾਂ ਬਹੁਤ ਜ਼ਰੂਰੀ ਹੈ ਅੱਜ ਦੀ ਜਨਰੇਸ਼ਨ ਨੂੰ ਸਮਝਾਉਣ ਲਈ, ਠੀਕ ਹੈ। ਪਿੱਛੇ ਕੀ ਹੋਇਆ, ਅੱਜ ਜੋ ਚੀਜ਼ਾਂ ਚੱਲ ਰਹੀਆਂ ਨੇ, ਠੀਕ ਹੈ, ਜੋ ਲੋਕ ਠੀਕ ਹੈ ਭੁੱਲ ਰਹੇ ਨੇ ਸਭ ਕੁਝ ਚੀਜ਼ਾਂ, ਇਹ ਬਹੁਤ ਜ਼ਰੂਰੀ ਹੈ ਬਰੋ, ਇਹ ਬਹੁਤ ਜ਼ਰੂਰੀ ਹੈ। ਤਾਂ ਹੀ ਮੈਂ ਕਹਿੰਦਾ ਬਾਈ ਦੇ ਗੀਤ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, ਵੱਧ ਤੋਂ ਵੱਧ ਲਾਈਕ ਕਰਿਆ ਕਰੋ, ਠੀਕ ਹੈ ਨਾ। ਇਹੋ ਜਿਹੇ ਸਿੰਗਰਾਂ ਨੂੰ ਟੌਪ 'ਤੇ ਪਹੁੰਚਾਉਣ ਦੀ ਲੋੜ ਹੈ, ਇਸ ਵੇਲੇ ਲੋੜ ਆ ਆਪਾਂ ਨੂੰ ਇਹੋ ਜਿਹੀਆਂ ਚੀਜ਼ਾਂ ਨੂੰ। ਸੌਂਜਾ ਪੁੱਤ ਸੌਂਜਾ ਨਹੀਂ ਤੇ ਹਰੀਆ ਰਾਗ ਲੈ, ਵਾ ਸ਼ੇਰ ਨਾ ਪਿਆ ਮਹਾਰਾਜਾ ਸੀ ਸ਼ਿਕਾਰ ਤੇ, ਚਾੜਿਆ ਕਮਾਨੇ ਉੱਤੇ ਤੀਰ ਜਾਂ ਸਵਾਰ ਕੇ, ਰੁਕੋ ਮਹਾਰਾਜਾ ਸਾਹਿਬ ਤੀਰ ਨਾ ਚਲਾਇਓ, ਕਹਿ ਕੇ ਘੋੜੇ ਉੱਤੋਂ ਉਤਰਿਆ ਸਿੰਘ ਛਾਲ ਮਾਰ ਕੇ। ਸਾਰੇ ਸਟੋਰੀ ਟੈਲਿੰਗ ਹੀ ਕਰਦੇ ਬਰੋ, ਸਟੋਰੀ ਟੈਲਿੰਗ ਹੀ ਕਰਦੇ, ਸਿੰਘ ਛਾਲ ਮਾਰ ਕੇ। ਸਾਰੇ ਕਹਿੰਦੇ ਹਰੀ ਸਿੰਘ ਆਉਣਾ ਜੱਗ ਉੱਤੇ ਫੇਰਨਾ, ਮੰਨਿਆ ਤੂੰ ਚੋਦਾ ਬਣ ਇੰਨਾ ਵੀ ਦਲੇਰਨਾ, ਕੋਈ ਹਥਿਆਰ ਨਹੀਂ ਆ ਕੋਲ ਤੇਰੇ ਰੁਕ ਜਾ।
ਆ ਖਾਲੀ ਹੱਥ ਬੰਦਾ ਘੁੜ ਸਕਦਾ ਨੀ ਸ਼ੇਰ ਨਾ ਹਰੀ ਸਿੰਘ ਕਹਿੰਦਾ ਅੱਜ ਵੇਖ ਲੈਣ ਲੋਕ ਵੀ ਨਰਕ ਸਵਰਗ ਜਿੰਨੇ ਵੀ ਨੇ ਪਰ ਲੋਕ ਵੀ ਖੜ ਜਾਵੇ ਜਿੱਥੇ ਬਾਪੂ ਦਸਵੇਂ ਦਾ ਖਾਲਸਾ ਜਾਨ ਜੀ ਲੁਕਾਉਂਦੀ ਉੱਥੇ ਫਿਰਦੀ ਆ ਮੌਤ ਵੀ ਲਾਤੀ ਅੱਗ ਜਿਵੇਂ ਕਿਸੇ ਨੇ ਬਰੂਦ ਮਾਰੇ ਤੇਰ ਮਹਾਰਾਜੇ ਦੇ ਜਕਾਰੇ ਜੋਸ਼ ਚਾੜਦਾ ਦਲੇਰ ਨੂੰ ਤਲਦਿਆਂ ਹੱਥਿਆਂ ਨੇ ਪਾ ਕੇ ਜਬਾੜਿਆਂ ਨੂੰ ਦੋਵਾਂ ਹਿੱਸਿਆਂ ਚ ਚੀਰ ਸੁੱਟ ਦਿੱਤਾ ਸ਼ੇਰ ਨੂੰ ਗਲ ਨਾਲ ਲਾਇਆ ਮਹਾਰਾਜਾ ਸਾਹਿਬ ਭੱਜ ਕੇ ਵਾਹ ਵਾਹ ਹਰੀ ਸਿੰਘਾ ਕਿਹਾ ਗੱਜ ਗੱਜ ਕੇ ਸ਼ੇਰ ਦਿਲ ਰੈਜੀਮੈਂਟ ਵਿੱਚ ਉਹਨੂੰ ਸੱਦ ਕਹਿੰਦੇ ਏਸ ਦੀ ਕਮਾਂਡ ਹੱਥ ਆਪਣੇ ਮੈਂ ਆਜ ਲੈ ਸੌਂਜਾ ਪੁੱਤ ਸੌਂਜਾ ਨਹੀਂ ਤੇ ਹਰੀਆ ਰਾਗ 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 ਲੈ ਅਫਗਾਨਿਸਤਾਨ ਵਿੱਚ ਅੱਜ ਵੀ ਮਾਵਾਂ ਆਪਣੇ ਬੱਚਿਆਂ ਨੂੰ ਸਵਾਉਣ ਲਈ ਸਰਦਾਰ ਹਰੀ ਸਿੰਘ ਨਲੂਏ ਦਾ ਨਾਮ ਲੈ ਕੇ ਡਰਾਉਂਦੀਆਂ ਨੇ ਕਿ ਸੌਂਜਾ ਪੁੱਤ ਸੌਂਜਾ ਨਹੀਂ ਤੇ ਹਰੀਆ ਰਾਗ ਲੈ ਬ੍ਰੋ ਦੇਖੋ ਮੈਂ ਮੇਰੀ ਕੋਈ ਔਕਾਤ ਨਹੀਂ ਹੈ ਇਸ ਚੀਜ਼ ਨੂੰ ਦੱਸਣ ਦੀ ਕਿ ਕਿਵੇਂ ਦਾ ਗਾਣਾ ਸੀ ਕਿਵੇਂ ਦਾ ਕੀ ਸੀ ਸਭ ਕੁਛ ਵਧੀਆ ਸਭ ਕੁਛ ਮੈਂ ਕਹਿੰਦਾ ਯਾਰ ਕੋਈ ਵਰਡ ਨਹੀਂ ਮੇਰੇ ਤੋਂ ਠੀਕ ਹੈ ਨਾ ਮੈਂ ਤਾਂ ਮੇਰੇ ਕੋਈ ਵਰਡ ਨਹੀਂ ਹੈ ਬਸ ਰੂਹ ਖੁਸ਼ ਹੋ ਗਈ ਠੀਕ ਹੈ ਨਾ ਮੇਰੀ ਆਤਮਾ ਖੁਸ਼ ਹੋ ਗਈ ਸੁਣ ਕੇ ਠੀਕ ਹੈ ਅਤੇ ਜੋਸ਼ ਆ ਗਿਆ ਇੰਨਾ ਕਿ ਠੀਕ ਹੈ ਨਾ ਬਸ ਪੁੱਛਣਾ ਯਾਰ ਅਤੇ ਸੋਰੀ ਬਾਹਰ ਡਿਸਟਰਬ ਜੋ ਹੋ ਰਿਹਾ ਠੀਕ ਹੈ ਨਾ ਸਾਊਂਡ ਪਰੂਫ ਨਹੀਂ ਹੈ ਮੇਰਾ ਇਹ ਅਤੇ ਜੇ ਤੁਹਾਨੂੰ ਵਧੀਆ ਲੱਗੇ ਰਿਐਕਸ਼ਨ 1% ਵੀ ਤਾਂ ਠੀਕ ਪਲੀਜ਼ ਸਪੋਰਟ ਕਰਿਓ ਠੀਕ ਹੈ ਅਤੇ ਇਹੋ ਜਿਹੇ ਗਾਣੇ ਨੂੰ ਪਲੀਜ਼ ਸਪੋਰਟ ਕਰੋ ਯਾਰ ਪਲੀਜ਼ ਸਪੋਰਟ ਕਰੋ ਮੈਂ ਤਾਂ ਤੁਹਾਨੂੰ ਇਹੀ ਕਹਿਣਾ ਮੈਂ ਵੀ ਲਾਈਕ ਕਰਦਾ ਹਾਂ ਕਰਦਾ ਹਾਂ ਸੋ ਮਿਲਦੇ ਜੀ ਨੈਕਸਟ ਟਾਈਮ ਆਪਾਂ ਠੀਕ ਹੈ ਜੀ